ਹੈਲੋ एवरीवन ਅੱਜ ਦੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਨੋਟਸ ਪ੍ਰੋਵਾਈਡ ਕਰਵਾ ਰਹੀਆਂ ਜੀ ਤੁਹਾਡਾ ਜੋ ਸਬਜੈਕਟ ਹੈ ਜੀ ਟੀਚਿੰਗ ਸਬਜੈਕਟ ਹੈ ਜੀ ਤੁਹਾਡਾ ਪੈਡਾਗੋਜੀ ਆਫ ਪੈਡਾਗੋਜੀ ਆਫ ਸੋਸ਼ਲ ਸਟਡੀ ਜੋ ਤੁਹਾਡਾ ਟੀਚਿੰਗ ਸਬਜੈਕਟ ਹੈ ਸੋਸ਼ਲ ਸਟੱਡੀਜ਼ ਸੋ ਉਹਦੇ ਨਾਲ ਸਬੰਧਿਤ ਜਿਹੜੇ ਮੈਂ ਤੁਹਾਨੂੰ ਜਿਹੜੇ ਨੋਟਸ ਆ ਉਹ ਪ੍ਰੋਵਾਈਡ ਕਰਵਾ ਰਹੀ ਹਾਂ ਆਪਣੀ ਇਹ ਆਪਾਂ ਸਟਾਰਟ ਕੀਤੇ ਆ ਪੈਡਾ ਪੈਡਾਗੋਜੀ ਆਫ ਸੋਸ਼ਲ ਸਟੱਡੀਜ਼ ਸਭ ਤੋਂ ਪਹਿਲਾਂ ਇਹਦੇ ਨਾਲ ਸਬੰਧਿਤ ਜਿਹੜੇ ਨੋਟਸ ਹੀ ਮੈਂ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੀ ਤੇ ਉਸ ਬਾਅਦ ਪੰਜਾਬੀ ਦੇ ਨਾਲ ਸਬੰਧਿਤ ਆਪਾਂ ਕਰਾਂਗੇ ਇੰਦੇ ਵਿੱਚ ਯੂਨਿਟ 1 ਦੇ ਨਾਲ ਸੰਬੰਧਿਤ ਅੱਜ ਮੈਂ ਤੁਹਾਨੂੰ ਜਿਹੜੇ ਆ ਉਹ ਪ੍ਰੋਵਾਈਡ ਕਰਵਾਵਾਂਗੀ ਯੂਨਿਟ 1 ਹੈ ਜੀ ਤੁਹਾਡਾ ਯੂਨਿਟ 1 ਦੇ ਵਿੱਚ ਸਟਾਰਟ ਕਰਾਂਗੇ ਇਹ ਪਾਰਟ ਜਿੰਦੇ ਵਿੱਚ ਕਨਸੈਪਟ ਮੈਂ ਪਹਿਲਾਂ ਕਰਵਾਇਆ ਹੋਇਆ ਹੈ ਕਨਸੈਪਟ ਆਫ ਸੋਸ਼ਲ ਸਟੱਡੀਜ਼ ਉਹ ਵੀਡੀਓ ਵੀ ਦੇਖ ਲਓ ਤੇ ਇੱਕ ਮੈਂ ਤੁਹਾਨੂੰ ਡਿਫਰੈਂਸ ਕਰਵਾਇਆ ਹੋਇਆ ਸੋਸ਼ਲ ਸਟੱਡੀ ਤੇ ਸੋਸ਼ਲ ਸਾਇੰਸ ਦੇ ਵਿੱਚ ਸੋ ਇਹਨੂੰ ਵੀ ਤੁਸੀਂ ਦੇਖ ਲਓ ਉਹ ਡਿਫਰੈਂਸਸ ਵੀ ਮੈਂ ਕਰਵਾਏ ਹੋਏ ਨੇ ਤੇ ਹੁਣ ਆਪਾਂ ਕਰਾਂਗੇ ਜੀ ਸਕੋਪ ਤੇ ਨੇਚਰ ਠੀਕ ਹੈ ਸਕੋਪ ਤੇ ਨੇਚਰ ਜਿਹੜੇ ਦੋਨੋਂ ਪੈਂਡਿੰਗ ਸੀਗੇ ਹੁਣ ਇਸ ਵੀਡੀਓ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਉਹ ਕਰਵਾਉਂਗੀ ਜੀ ਮੈਂ ਤੁਹਾਨੂੰ ਕਰਵਾਉਂਗੀ ਕੱਲਾ ਜਿਹੜਾ ਸਕੋਪ ਕਰਵਾਵਾਂਗੀ ਜੀ ਸਕੋਪ ਆਫ ਸੋਸ਼ਲ ਸਟੱਡੀਜ਼ ਤੇ ਨੇਚਰ ਜਿਹੜਾ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ ਕਿਉਂਕਿ ਇਹ ਨਿੱਕੇ ਨਿੱਕੇ ਟੌਪਿਕ ਹੈ ਜੇਕਰ ਇੱਕ ਦੇ ਵਿੱਚ ਹੀ ਵੀਡੀਓ ਬਣਾਉਣ ਲੱਗ ਜਾਈਏ ਤਾਂ ਬਹੁਤ ਜ਼ਿਆਦਾ ਜਿਹੜਾ ਟਾਈਮ ਹੈ ਉਹ ਲੱਗ ਜਾਂਦਾ ਹੈ ਸੋ ਸਕੋਪ ਦੇ ਬਾਰੇ ਦੇ ਵਿੱਚ ਆਪਾਂ ਪੜ੍ਹਨਾ ਹੈ ਜੀ ਸਕੋਪ ਆਫ ਸ਼ੋਸ਼ਲ ਸਟਡੀ ਸੋ ਸਕੋਪ ਦੇ ਬਾਰੇ ਦੇ ਵਿੱਚ ਆਪਾਂ ਜਿਹੜਾ ਪੜ੍ਹਾਂਗੇ ਇਸ ਵੀਡੀਓ ਦੇ ਵਿੱਚ ਸੋ ਅਲੱਗ ਤੋਂ ਜਿਹੜੀਆਂ ਪਲੇਲਿਸਟਾਂ ਬਣੀਆਂ ਹੋਈਆਂ ਜੀ ਹਰੇਕ ਸਬਜੈਕਟ ਨਾਲ ਸੰਬੰਧਿਤ ਮੈਂ ਪਲੇਲਿਸਟ ਬਣਾਈ ਹੋਈ ਹੈ ਤੇ ਉਹਨਾਂ ਦੇ ਵਿੱਚ ਜਿਹੜੇ ਮੈਂ ਟੌਪਿਕ ਹੈ ਬਣਾ ਕੇ ਵੀਡੀਓਜ਼ ਅਪਲੋਡ ਕੀਤੀਆਂ ਹੋਈਆਂ ਨੇ ਵੀਡੀਓਜ਼ ਤੇ ਉਹ ਤੋਂ ਤੁਸੀਂ ਜਿਹੜੀਆਂ ਵੀਡੀਓਜ਼ ਆ ਉਹ ਦੇਖ ਸਕਦੇ ਹੋ ਆਸਾਨੀ ਦੇ ਨਾਲ ਤੁਹਾਨੂੰ ਮਿਲ ਜਾਣੀਆਂ ਬਹੁਤ ਹੀ ਬੈਨੀਫੀਸ਼ੀਅਰ ਰਹਿਣੀਆਂ ਤੁਹਾਡੇ ਲਈ ਵੀਡੀਓ ਤੁਹਾਨੂੰ ਵਧੀਆ ਲੱਗਣ ਦਾ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਆਪਣੇ ਫਰੈਂਡਸ ਦੇ ਨਾਲ WhatsApp ਗਰੁੱਪ ਦੇ ਵਿੱਚ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਜੇਕਰ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਸੋ ਸਟਾਰਟ ਕਰਦੇ ਹਾਂ ਜੀ ਆਪਾਂ ਸਕੋਪ ਸਕੋਪ ਦੀ ਗੱਲ ਕਰੀਏ ਤਾਂ ਸੋਸ਼ਲ ਸਟਡੀ ਦਾ ਜਿਹੜਾ ਸਕੋਪ ਹੈ ਜੀ ਉਹ ਬਹੁਤ ਹੀ ਜ਼ਿਆਦਾ ਜਿਹੜਾ ਵੱਡਾ ਹੈ ਵਿਆਪਕ ਹੈ ਸੋ ਸਾਰਾ ਕੁਝ ਜਿਹੜਾ ਸੋਸ਼ਲ ਸਟਡੀ ਦੇ ਵਿੱਚ ਹੀ ਆ ਜਾਂਦਾ ਹੈ ਸੋ ਹੁੰਦੇ ਬਾਰੇ ਦੇ ਵਿੱਚ ਆਪਾਂ ਜਿਹੜੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੀ ਗੱਲਬਾਤ ਹੈ ਉਹ ਆਪਾਂ ਕਰਾਂਗੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਜਿਹੜਾ ਪਤਾ ਹੀ ਹੈ ਜੀ ਇੰਟਰੋਡਕਸ਼ਨ ਤੁਸੀਂ ਲਿਖਣੀ ਹੈ ਇੰਟਰੋਡਕਸ਼ਨ ਮੈਂ ਤਾਂ ਨਹੀਂ ਤੁਹਾਨੂੰ ਕਰਵਾਈ ਕਿਉਂਕਿ ਜਿਹੜੀ ਪਹਿਲੇ ਜਿਹੜੇ ਨੋਟਸ ਕਨਸੈਪਟ ਵਾਲੇ ਮੈਂ ਕਰਵਾਏ ਹੋਏ ਨਾ ਸੋਸ਼ਲ ਸਟਡੀ ਦੇ ਉੱਥੇ ਇੰਟਰੋਡਕਸ਼ਨ ਲਿਖੀ ਹੋਈ ਹੈ ਤਾਂ ਉੱਥੋਂ ਹੀ ਜਿਹੜਾ ਤੁਸੀਂ ਇੰਟਰੋਡਕਸ਼ਨ ਉਹੀ ਲਿਖ ਲਓ ਸੋਸ਼ਲ ਸਟਡੀਆਂ ਕਨਸੈਪਟ ਆਫ ਸੋਸ਼ਲ ਸਟਡੀ ਵਾਲੀ ਉੱਥੇ ਤੁਸੀਂ मीनिंग ਲਿਖ ਸਕਦੇ ਹੋ मीनिंग ਆਫ ਸੋਸ਼ਲ ਸੋਸ਼ਲ ਸਟੱਡੀਜ਼ ਦਾ ਜਿਹੜਾ ਮੀਨਿੰਗ ਹੈ ਇੱਥੇ ਸਹੀ ਤਰੀਕੇ ਨਾਲ ਹਮ ਮੀਨਿੰਗ ਲਿਖ ਦੋ ਸੋਸ਼ਲ ਸਟੱਡੀ ਦਾ ਇੱਥੇ ਠੀਕ ਹੈ ਇੰਟਰੋਡਕਸ਼ਨ ਲੇ ਦੋ ਮੀਨਿੰਗ ਉਸ ਤੋਂ ਬਾਅਦ ਡੈਫੀਨੇਸ਼ਨ ਐਡ ਕਰੋ ਤੇ ਜੇਕਰ ਤੁਹਾਨੂੰ ਆ ਜਾਂਦਾ ਸਕੋਪ ਦੇ ਨਾਲ ਸੰਬੰਧਿਤ ਜਿਹੜਾ ਤੁਹਾਨੂੰ ਜਿਹੜਾ ਕੁਐਸਚਨ ਤਾਂ ਤੁਸੀਂ ਇੰਟਰੋਡਕਸ਼ਨ ਲਿਖੋਗੇ ਮੀਨਿੰਗ ਲਿਖੋਗੇ ਡੈਫੀਨੇਸ਼ਨ ਲਿਖੋਗੇ ਤੇ ਉਸ ਤੋਂ ਬਾਅਦ ਤੁਸੀਂ ਸਟਾਰਟ ਕਰੋਗੇ ਜੀ ਸਕੋਪ ਆਫ ਸੋਸ਼ਲ ਸਟੱਡੀਜ਼ ਸੋ ਆਪਾਂ ਸਟਾਰਟ ਕਰਦੇ ਹਾਂ ਜੀ ਇਹ ਪਾਰਟ ਆ ਆਪਾਂ ਕਰ ਰਹੇ ਹਾਂ ਸੋ so b ਤੇ c b ਵੀ ਆਪਾਂ ਲੌਂਗ ਦੇ ਲਈ ਕਰਾਂਗੇ ਤੇ c ਨੂੰ ਮੈਂ ਸ਼ਾਰਟ ਦੇ ਲਈ ਕਰਵਾਵਾਂਗੀ ਪਹਿਲਾਂ ਮੇਰੀ ਕੋਸ਼ਿਸ਼ ਹੈ ਜੀ ਤੁਹਾਨੂੰ ਮੈਂ ਸਾਰੇ ਲੌਂਗ ਕਰਵਾ ਦਾਂ ਤੇ ਫਿਰ ਆਪਾਂ ਵੇਖ ਲੈਨੇ ਆ ਜੀ ਕਿੰਨਾ-ਕਿੰਨਾ ਦੇ ਜਿਹੜੇ ਸ਼ਾਰਟ ਹੈ ਤੁਹਾਨੂੰ ਪ੍ਰੋਵਾਈਡ ਕਰਵਾਨੇ ਤਾਂ ਫਿਰ ਮੈਂ ਸ਼ਾਰਟ ਬਾਅਦ ਵਿੱਚ ਪ੍ਰੋਵਾਈਡ ਕਰਵਾ ਦਾਂਗੀ ਸੋ ਪਹਿਲਾਂ ਆਪਾਂ ਸਕੋਪ ਦਾ ਮੀਨਿੰਗ ਕੀ ਹੁੰਦਾ ਜੀ ਉਹਦੇ ਬਾਰੇ ਦੇ ਵਿੱਚ ਆਪਾਂ ਪੜਾਂਗੇ ਮੀਨਿੰਗ ਆਫ ਸਕੋਪ ਖੇਤਰ ਸ਼ਬਦਾ ਅਰਥ ਹੈ ਅਧਿਆਪਨ ਕਾਰਜਕਰਮ ਦੁਆਰਾ ਪ੍ਰਦਾਨ ਕੀਤੇ ਜਾਣ ਵਾਲੇ ਸਿੱਖਣ ਅਨੁਭਵ ਦਾ ਵਿਸਥਾਰ ਮੱਲੋ ਕੀ ਕਿੰਨਾ ਕੋਜਨ ਦੇ ਵਿੱਚ ਸ਼ਾਮਲ ਹੈ ਉਹਨਾਂ ਦੀ ਵਿਆਪਕਤਾ ਵਿdiversity ਅਤੇ ਸੀਮਾ ਇਹ ਵਿਸ਼ਾ ਵਸਤੂ ਦੀ ਲੜੀ ਅਤੇ ਵਿਦਿਆਰਥੀ ਦੇ ਅਨੁਭਵਾਂ ਦੇ ਅਰਥ ਵਿੱਚ ਕਾਰਜਕਰਮ ਵਿੱਚ ਸ਼ਾਮਲ ਕੀਤੀ ਜਾਣ ਵਾਲੀ ਸਮਗਰੀ ਦੇ ਨਾਲ ਜਿਹੜਾ ਸੰਬੰਧਿਤ ਹੈ ਕੀ ਕੋਜ ਵਿੱਚ ਉਹਦੇ ਸ਼ਾਮਲ ਹੈ ਜੇਕਰ ਆਪਾਂ ਸਮਾਜਿਕ ਅਧਿਐਨ ਦੇ ਜਿਹੜਾ ਖੇਤਰ ਦੀ ਗੱਲ ਕਰੀਏ ਤਾਂ ਉਹਦਾ ਮਤਲਬ ਕੀ ਕੋਜ ਹੁੰਦੇ ਵਿੱਚ ਸ਼ਾਮਲ ਹੈ ਠੀਕ ਹੈ ਉਹਨੂੰ ਆਪਾਂ ਕਹਿ ਦਿੰਦੇ ਹਾਂ ਜੀ ਸਕੋਪ ਉਹਦਾ ਖੇਤਰ ਕਿ ਕਿਹੜੀ-ਕਿਹੜੀ ਵਿੱਚ ਉਹਦੇ ਵਿੱਚ ਜਿਹੜੀ ਹੈ ਮਤਲਬ ਕਿ ਜੇਕਰ ਵਿਸ਼ੇ ਦੀ ਵੀ ਗੱਲ ਕਰੀਏ ਤਾਂ ਕੀ ਕੁਝ ਉਹਦੇ ਵਿੱਚ ਜਿਹੜਾ ਪੜਾਇਆ ਜਾਂਦਾ ਹੈ ਨਾ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਨਾਲ ਉਹ ਜੀ ਸੰਬੰਧਿਤ ਹੈ ਤਾਂ ਉਹ ਸਾਰਾ ਜਿਹੜਾ ਖੇਤਰ ਦੇ ਵਿੱਚ ਜਿਹੜਾ ਸ਼ਾਮਲ ਹੋਵੇਗਾ ਸੋ ਉਹਨੂੰ ਆਪਾਂ ਕਹਿੰਦੇ ਹਾਂ ਜੀ ਖੇਤਰ ਸਮਾਜਿਕ ਵਿਗਿਆਨ ਦਾ ਖੇਤਰ ਜਿਹੜਾ ਬਹੁਤ ਹੀ ਜ਼ਿਆਦਾ ਜਿਹੜਾ ਵਿਆਪਕ ਅਤੇ ਵਿਸਤ੍ਰਿਤ ਹੈ ਇਹ ਵਾਸਤਵ ਵਿੱਚ ਮਾਨਵ ਜੀਵਨ ਜਾਂ ਸੰਸਾਰ ਜਿੰਨਾ ਵਿਸਤ੍ਰਿਤ ਹੈ ਕਿਉਂਕਿ ਇਹ ਕਿਉਂ ਕੀਤਾ ਗਿਆ ਜੀ ਬਹੁਤ ਹੀ ਵਿਆਪਕ ਤੇ ਕਿਉਂ ਵਿਸਤ੍ਰਿਤ ਹੈ ਕਿਉਂਕਿ ਇਹ ਜਿਹੜਾ ਸਮਾਜਿਕ ਧਿਆਨ ਹੈ ਨਾ ਇਹ ਮਾਨਵ ਜੀਵਨ ਦੇ ਨਾਲ ਸੰਬੰਧਿਤ ਹੈ ਪੂਰੀ ਤਰ੍ਹਾਂ ਨਾਲ ਸੰਸਾਰ ਪੂਰੇ ਸੰਸਾਰ ਦੇ ਨਾਲ ਸਬੰਧਤ ਹੈ ਇਸ ਕਰਕੇ ਕਿ ਕਿਹਾ ਜਾਂਦਾ ਕੋਈ ਵੀ ਅਜਿਹਾ ਜਿਹੜਾ ਖੇਤਰ ਨਹੀਂ ਹੈਗਾ ਜਾਇ ਜਾਂ ਕੋਈ ਵੀ ਹਿੱਸਾ ਨਹੀਂ ਹੈਗਾ ਜਿੰਦੇ ਨਾਲ ਸੰਬੰਧ ਜਿਹੜਾ ਸਮਾਜਿਕ ਅਧਿਐਨ ਨਹੀਂ ਹੈਗਾ ਸੋ ਹਰ ਇੱਕ ਜਿਹੜਾ ਦੇ ਨਾਲ ਜਿਹੜਾ ਸਬੰਧਤ ਹੈ ਜੀ ਸਮਾਜਿਕ ਅਧਿਐਨ ਸੋ ਸਮਾਜਿਕ ਅਧਿਐਨ ਦਾ ਕਿਹੜਾ ਖੇਤਰ ਹੈ ਜੋ ਬਹੁਤ ਹੀ ਜ਼ਿਆਦਾ ਵਿਆਪਕ ਤੇ ਵਿਸਤ੍ਰਿਤ ਹੈਗਾ ਹੈ ਇਸ ਕਰਕੇ ਕਿਹਾ ਜਾਂਦਾ ਜੀ ਇਹ ਵਾਸਤਵਕ ਵਿੱਚ ਮਾਨਵ ਜੀਵਨ ਜਾਂ ਸੰਸਾਰ ਜਿੰਨਾ ਹੀ ਵਿਸਤ੍ਰਿਤ ਹੈਗਾ ਹੈ ਨੈਕਸਟ ਹੈ ਜੀ ਆਪਾਂ ਪੁਆਇੰਟ ਹੁਣ ਇਹਦੇ ਕਰਾਂਗੇ ਸਟਾਰਟ ਫਰਸਟ ਹੈ ਜੀ ਇਹਦੇ ਵਿੱਚ ਕੀ ਕੁਝ ਸ਼ਾਮਲ ਹੈ ਉਹਦੇ ਬਾਰੇ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਫਰਸਟ ਹੈ ਜੀ ਮਾਨਵ ਸਬੰਧਾਂ ਦਾ ਅਧਿਐਨ ਇਹਦੇ ਵਿੱਚ ਮਾਨਵ ਸਬੰਧਾਂ ਦਾ ਜਿਹੜਾ ਅਧਿਐਨ ਹੈ ਉਹ ਕੀਤਾ ਜਾਂਦਾ ਹੈ ਸੋ ਮਾਨਵ ਸਬੰਧਾਂ ਦਾ ਅਧਿਐਨ ਇਸ ਵਿਸ਼ੇ ਦਾ ਜਿਹੜਾ ਕੇਂਦਰ ਬਿੰਦੂ ਹੈ ਮੈਨ ਲਾਲੋ ਕੇਂਦਰ ਬਿੰਦੂ ਲਾਲੋ ਮਾਨਵ ਸਬੰਧਾਂ ਦਾ ਅਧਿਐਨ ਕਰਨਾ ਇਨ੍ਹਾਂ ਸਬੰਧਾਂ ਦਾ ਅਧਿਐਨ ਚਾਰ ਮੁੱਖ ਸਿਰਲੇਖਾਂ ਦੀ ਜਿਹੜਾ ਕੀਤਾ ਜਾਂਦਾ ਕਿਹੜੇ-ਕਿਹੜੇ ਨੇ ਉਹ ਚਾਰ ਸਿਰਲੇਖ ਮਾਨਵ ਦਾ ਮਾਨਵ ਨਾਲ ਕੰਪੈਰੀਜ਼ਨ ਕੀਤਾ ਜਾਂਦਾ ਠੀਕ ਹੈ ਉਹਨਾਂ ਦਾ ਧਿਆਨ ਕੀਤਾ ਜਾਂਦਾ ਮਾਨਵ ਅਤੇ ਸੰਸਥਾਵਾਂ ਦੇ ਬਾਰੇ ਦੇ ਵਿੱਚ ਇੰਦੇ ਵਿੱਚ ਗੱਲ ਕੀਤੀ ਜਾਂਦੀ ਹੈ ਇਹਨਾਂ ਦੇ ਆਪਸ ਦੇ ਵਿੱਚ ਕੀ ਰਿਲੇਸ਼ਨ ਹੈ ਇੱਕਦਮ ਮੈਨ ਐਂਡ ਮੈਨ ਠੀਕ ਹੈ ਮਾਨਵ ਤੋਂ ਮਾਨਵ ਇੱਕ ਮਾਨਵਤੈ ਸੰਸਥਾਵਾਂ ਠੀਕ ਹੈ ਇੱਕ ਮਾਨਵਤੈ ਵਿਸ਼ਵ ਇੱਕ ਮਾਨਵਤੈ ਵਸਤੂ ਮੈਨ ਅਤੇ ਗੁੱਡਸ ਮੈਨ ਐਂਡ ਅਰਥ ਮੈਨ ਐਂਡ ਇੰਸਟੀਚੂਨਸ ਮੈਨ ਐਂਡ ਮੈਨ ਇਨਾਂ ਸਭ ਦੇ ਜੋ ਰਿਲੇਸ਼ਨ ਨੇ ਆਪਸ ਦੇ ਵਿੱਚ ਮਨੁੱਖ ਦਾ ਮਨੁੱਖ ਨਾਲ ਕੀ ਰਿਲੇਸ਼ਨ ਹੈ ਮਨੁੱਖ ਦਾ ਸੰਸਥਾਵਾਂ ਨਾਲ ਵਿਸ਼ਵ ਨਾਲ ਵਸਤੂਆਂ ਨਾਲ ਕੀ ਸਬੰਧ ਹੈ ਇਹ ਸਭ ਦਾ ਜਿਹੜਾ ਅਧਿਐਨ ਹੈ ਜੀ ਇਹ ਸਮਾਜਿਕ ਅਧਿਐਨ ਦੇ ਵਿੱਚ ਕੀਤਾ ਜਾਂਦਾ ਹੈ ਨੈਕਸਟ ਹੈ ਜੀ ਮਾਨਵ ਮਨੁੱਖ ਦਾ ਉਸ ਦੇ ਵਾਤਾਵਰਣ ਨਾਲ ਅਧਿਐਨ ਮਾਨਵ ਦਾ ਵਾਤਾਵਰਣ ਦੇ ਨਾਲ ਜਿਹੜਾ ਕੀ ਜਿਹੜਾ ਸਬੰਧ ਹੈ ਠੀਕ ਹੈ ਸਮਾਜਿਕ ਵਿਗਿਆਨ ਦੇ ਖੇਤਰ ਵਿੱਚ ਮਨੁੱਖ ਤੇ ਜੀਵਨ ਜਿਉਣ ਦੀਆਂ ਵਿਧੀਆਂ ਵਰਤਮਾਨ ਅਤੇ ਅਤੀਤ ਉਸ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਉਹਦੀਆਂ ਸੰਸਥਾਵਾਂ ਅਤੇ ਜੀਵਨ ਠੀਕ ਹੈ ਵਪਿੰਨ ਘੜਨਾਵਾ ਬਾਰੇ ਜਿਹੜੀ ਸੂਚਨਾ ਹੈ ਉਹ ਸਾਨੂੰ ਜਿਹੜੀ ਹੈ ਜਿਹੜੀ ਹੈ ਦੇ ਨਾਲ ਸਬੰਧਿਤ ਹੈ ਇਹ ਵਿਸ਼ਾ ਵਿਦਿਆਰਥੀ ਨੂੰ ਉਹ ਸਥਾਨ ਦੀ ਪਹਿਚਾਨ ਦੇ ਯੋਗ ਬਣਾਉਂਦਾ ਜਿੱਥੇ ਕੋਈ ਘਟਨਾ ਵਾਪਰੀ ਹੋਵੇ ਸੋ ਵਾਤਾਵਰਨ ਦੇ ਮਨੁੱਖ ਦਾ ਉਸ ਦੇ ਵਾਤਾਵਰਨ ਵਿੱਚ ਜਿਹੜਾ ਅਧਿਐਨ ਉਹ ਕੀਤਾ ਜਾਂਦਾ ਕੀ ਕੁਝ ਹੋ ਰਿਹਾ ਹੈ ਠੀਕ ਹੈ ਕੋਈ ਘਟਨਾ ਘਟ ਰਹੀ ਹੈ ਸੋ ਸਭ ਦੇ ਨਾਲ ਜਿਹੜਾ ਸਬੰਧ ਦੇਤਾ ਦੀ ਸਮਾਜਿਕ ਅਧਿਐਨ ਹੁੰਦਾ ਖੇਤਰ ਹੈ ਜੀ ਮਾਨਵ ਦਾ ਉਸ ਦੇ ਵਾਤਾਵਰਨ ਦੇ ਵਿੱਚ ਜਿਹੜਾ ਅਧਿਐਨ ਕੀਤਾ ਜਾਂਦਾ ਸਟਡੀ ਆਫ ਮੈਨ ਇਨ ਹਿਸ ਸਰਾਉਂਡਿੰਗ ਅਧਿਆਇ ਸਮਾਜ ਦਾ ਅਧਿਐਨ ਸੋ ਸੋਸ਼ਲ ਸਟੱਡੀਜ਼ ਦੇ ਵਿੱਚ ਜਿਹੜਾ ਇਹ ਸਮਾਜ ਦਾ ਅਧਿਐਨ ਜਿਹੜਾ ਕੀਤਾ ਜਾਂਦਾ ਹੈ ਸਮਾਜ ਦੇ ਤੌਰ ਤਰੀਕੇ ਰੀਤੀ ਰਿਵਾਜ ਪਰੰਪਰਾਵਾਂ ਸਭ ਸਭਿਤੀ ਠੀਕ ਹੈ ਸਮਾਜ ਦੀ ਸ਼ੁਰੂਆਤ ਪਤਾ ਪਰਿਵਾਰ ਤੋਂ ਹੋਈ ਹੈ ਹਨਾ ਉਸ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਕਾ ਲਗਾ ਲਓ ਤੁਸੀਂ ਸਕੂਲ ਆਂਗਵਾਂਡ ਜ਼ਿਲ੍ਹਾ ਪੱਧਰ ਰਾਜ ਪੱਧਰ ਰਾਸ਼ਟਰੀ ਪੱਧਰ ਵਿਸ਼ਵ ਜਾਂ ਅੰਤਰਰਾਸ਼ਟਰੀ ਪੱਧਰ ਵੀ ਸਮਾਜ ਦੇ ਵਿੱਚ ਸ਼ਾਮਲ ਹੈ ਸੋ ਇਸ ਸਭ ਦਾ ਜਿਹੜਾ ਅਧਿਐਨ ਹੈ ਉਹ ਸੋਸ਼ਲ ਸਟੱਡੀਜ਼ ਦੇ ਵਿੱਚ ਕੀਤਾ ਜਾਂਦਾ ਸਮਾਜਿਕ ਅਧਿਐਨ ਦੇ ਵਿੱਚ ਕੀਤਾ ਜਾਂਦਾ ਹੈ ਉਹਦਾ ਖੇਤਰ ਹੈ ਨੈਕਸਟ ਹੈ ਜੀ 4 ਨੰਬਰ ਤੇ ਹੈ ਪ੍ਰਕਿਰਤਿਕ ਵਿਗਿਆਨਾਂ ਦਾ ਕਾਜਨਾਤਮਕ ਜਿਹੜਾ ਅਧਿਐਨ ਵੀ ਇਹਦੇ ਵਿੱਚ ਜਿਹੜਾ ਕੀਤਾ ਜਾਂਦਾ ਹੈ ਜੀ ਫੰਕਸ਼ਨਲ ਸਟਡੀ ਆਫ ਨੈਚੁਰਲ ਸਾਇੰਸਸ ਸੋ ਇਹਨਾਂ ਦਾ ਵੀ ਜਿਹੜਾ ਅਧਿਐਨ ਹੈ ਉਹ ਕੀਤਾ ਜਾਂਦਾ ਹੈ ਜਿੰਦੇ ਵਿੱਚ ਭੌਤਿਕ ਸ਼ਾਸਤਰ ਦਾ ਅਰ ਸਾਇੰਸ ਸ਼ਾਸਤਰ ਬਨਸਪਤੀ ਵਿਗਿਆਨ ਜੰਤੂ ਵਿਗਿਆਨ ਸਰੀਰ ਵਿਗਿਆਨ ਸੋ ਇਹਨਾਂ ਸਭ ਦਾ ਵੀ ਜਿਹੜਾ ਅਧਿਐਨ ਕੀਤਾ ਜਾਂਦਾ ਹੈ ਜੀ ਸਮਾਜਿਕ ਅਧਿਐਨ ਦੇ ਵਿੱਚ ਸੋਸ਼ਲ ਸਟੱਡੀ ਦੇ ਵਿੱਚ ਇਹ ਵੀੰਦਾ ਜਿਹੜਾ ਖੇਤਰ ਹੈ ਜੀ ਨੈਕਸਟ ਹੈ ਜੀ ਅਤੀਤ ਅਤੇ ਵਰਤਮਾਨ ਦਾ ਸਹਿ ਸੰਬੰਧਿਤ ਅਧਿਐਨ ਵੀ ਇਹਦੇ ਵਿੱਚ ਕੀਤਾ ਜਾਂਦਾ ਹੈ ਅਤੀਤ ਅਤੇ ਵਰਤਮਾਨ ਦਾ ਸੋ ਸਮਾਜਿਕ ਦੇ ਆਨ ਵਰਤਮਾਨ ਅਤੇ ਅਤੀਤ ਦਾ ਸਹਿ ਸੰਬੰਧ ਅਧਿਐਨ ਹੈ ਵਰਤਮਾਨ ਨੂੰ ਸਮਝਣ ਲਈ ਅਤੀਤ ਦਾ ਸਮਝਣਾ ਜਿਹੜਾ ਜ਼ਰੂਰੀ ਹੈ ਸੋ ਵਰਤਮਾਨ ਨੂੰ ਜਿਹੜਾ ਸਮਝਣ ਦੇ ਲਈ ਹੈ ਨਾ ਅਤੀਤ ਦਾ ਜਿਹੜਾ ਸਮਝਣਾ ਹੈ ਉਹ ਜ਼ਰੂਰੀ ਹੈ ਵਰਤਮਾਨ ਦੀ ਹੋਂਦ ਅਤੀਤ ਤੋਂ ਹੀ ਸੰਭਵ ਹੋ ਸਕੀ ਹੈ ਮਾਨਵ ਜੀਵਨ ਤੇ ਅਤੀਤ ਦੇ ਪ੍ਰਭਾਵ ਦਾ ਅਧਿਐਨ ਕਰਨ ਲਈ ਵਿਦਿਆਰਥੀਆਂ ਨੂੰ ਧਿਆਨ ਪૂર્વਕ ਨਿਰਮਤ ਉਦੇਸ਼ਾਂ ਨੂੰ ਸਮਾਜਿਕ ਧਿਆਨ ਦੇ ਖੇਤਰ ਵਿੱਚ ਸ਼ਾਮਲ ਕਰਨਾ ਹੋਵੇਗਾ ਸੋ ਇਸ ਤੱਤੇ ਜ਼ੋਰ ਹੋਵੇਗਾ ਕਿ ਅਤੀਤ ਨੇ ਵਰਤਮਾਨ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ ਸੋ ਅਤੀਤ ਦਾ ਤੇ ਵਰਤਮਾਨ ਦਾ ਸਹਿ ਸੰਬੰਧਿਤ ਜਿਹੜਾ ਅਧਿਐਨ ਹੈ ਉਹ ਜਿਹੜਾ ਸੋਸ਼ਲ ਸਟਡੀ ਦੇ ਵਿੱਚ ਕੀਤਾ ਜਾਂਦਾ ਕਿਉਂਕਿ ਇਹ ਅਧਿਐਨ ਦੇ ਨਾਲ ਸੰਬੰਧਿਤ ਹੈ ਅਤੀਤ ਦੇ ਵਿੱਚ ਜਿਹੜੀਆਂ ਘਟਨਾਵਾਂ ਕੱਟੀਆਂ ਵਰਤਮਾਨ ਤੇ ਉਹਨਾਂ ਦਾ ਕੀ ਪ੍ਰਭਾਵ ਹੈ ਠੀਕ ਹੈ ਉਹ ਸਭ ਦਾ ਜਿਹੜਾ ਅਧਿਐਨ ਹੈ ਉਹ ਸੋਸ਼ਲ ਸਟਡੀਆਂ ਦੇ ਵਿੱਚ ਕੀਤਾ ਜਾਂਦਾ ਹੈ ਨੈਕਸਟ ਹੈ ਜੀ ਲਲਿਤ ਕਲਾ ਕਲਾਵਾਂ ਦਾ ਰਚਨਾਤਮਕ ਅਧਿਐਨ ਡਰਾਇੰਗ ਚਿੱਤਰਕਲਾ ਸੰਗੀਤ ਨਿਰਤ ਨਾਟਕੀਕਰਨ ਵਰਗੀਆਂ ਲਲਿਤ ਕਲਾਵਾਂ ਦਾ ਕਾਰਜਾਤਮਕ ਅਧਿਐਨ ਵੀ ਸਮਾਜਿਕ ਅਧਿਐਨ ਦੇ ਉਨਦੇਸ਼ ਉਨਦੇਸ਼ਾਤਮਕ ਕਾਰਜਕਰਮ ਵਿੱਚ ਸ਼ਾਮਲ ਹੈ ਸੋ ਇਹ ਸਾਰਾ ਕੁਝ ਜੋ ਲਲਿਤ ਕਲਾਵਾਂ ਹਨ ਉਹਨਾਂ ਦਾ ਕਾਰਜਾਤਮਕ ਅਧਿਐਨ ਜਿਹੜਾ ਕੀਤਾ ਜਾਂਦਾ ਹੈ ਜਿੰਦੇ ਵਿੱਚ ਸ਼ਾਮਲ ਹੈ ਜਿਉਂ ਡਰਾਇੰਗ ਚਿੱਤਰਕਲਾ ਸੰਗੀਤ ਨਿਰਤ ਨਾਟਰੀਕਰਨ ਇਕਲਾਵਾ ਉਸ ਮਗਰੀ ਪ੍ਰਦਾਨ ਕਰਦੀਆਂ ਹਨ ਜਿਨ੍ਹਾਂ ਦੀ ਲੋਕਾਂ ਤੇ ਸੰਸਾਰ ਦਾ ਬਿਹਤਰ ਗਿਆਨ ਪ੍ਰਾਪਤ ਕਰਨ ਦੇ ਲਈ ਜ਼ਰੂਰੀ ਹੈ ਨੈਕਸਟ ਹੈ ਜੇ ਕਾਰਨ ਪ੍ਰਭਾਵ ਸਬੰਧਾਂ ਦਾ ਅਧਿਐਨ ਸੋ ਕਾਰਨ ਪ੍ਰਭਾਵ ਸਬੰਧਾਂ ਦਾ ਜਿਹੜਾ ਅਧਿਐਨ ਵੀ ਕੀਤਾ ਜਾਂਦਾ ਹੈ ਸਾਡੇ ਵਰਤਮਾਨ ਜੀਵਨ ਵਿੱਚ ਹਰੇਕ ਘਟਨਾ ਅਤੀਤ ਦੇ ਕੰਮਾਂ ਦਾ ਜਿਹੜਾ ਪ੍ਰਨਾਮ ਹੈ ਕਾਰਨ ਪ੍ਰਭਾਵ ਸਬੰਧਾਂ ਦਾ ਅਧਿਐਨ ਹੈ ਜੀ ਸੋ ਸਾਡਾ ਵਰਤਮਾਨ ਜੀਵਨ ਵਿੱਚ ਹਰੇਕ ਘਟਨਾ ਅਤੀਤ ਦੇ ਕੰਮ ਦਾ ਪਰਨਾਮ ਹੈ ਜੋ ਵੀ ਹੋਣਾ ਅੱਜ ਦੇ ਟਾਈਮ ਦੇ ਵਿੱਚ ਹੈ ਸੋ ਆਪਾਂ ਦੇ ਅਤੀਤ ਦੇ ਜੋ ਕੰਮ ਹੁੰਦੇ ਨੇ ਉਹਨਾਂ ਦਾ ਜਿਹੜਾ ਪਰਿਨਾਮ ਹੈ ਉਹ ਹੁੰਦਾ ਹੈ ਸਾਡੀਆਂ ਭੂਗੋਲਿਕ ਆਰਥਿਕ ਰਾਜਨੀਤਿਕ ਸੱਭਿਆਚਾਰਕ ਅਤੇ ਸਮਾਜਿਕ ਪ੍ਰਸਥਿਤੀਆਂ ਅਤੀਤ ਦੀਆਂ ਮਾਨਵੀ ਪ੍ਰਕਿਰਿਆਵਾਂ ਅਤੇ ਵਾਤਾਵਰਣ ਸੰਬੰਧੀ ਪ੍ਰਕਿਰਿਆਵਾਂ ਦਾ ਪਰਿਨਾਮ ਹਨ ਸੋ ਸੋ ਵਰਤਮਾਨ ਯੋਗ ਦੀ ਕਾਰਜ ਪ੍ਰਣਾਲੀ ਪੂਵਕ ਵਿੱਚ ਪ੍ਰਸਥਿਤੀਆਂ ਨੂੰ ਜਿਹੜੀ ਆ ਉਹ ਪ੍ਰਭਾਵਿਤ ਕਰਦੀ ਹੈ ਤੇ ਉਹ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਕੀ ਕੀਤਾ ਜਾ ਰਿਹਾ ਹੈ ਠੀਕ ਹੈ ਉਹਦਾ ਜਿਹੜਾ ਇਫੈਕਟ ਹੈ ਜੀ ਉਹ ਜਿਹੜਾ ਭਵਿੱਖ ਦੇ ਵਿੱਚ ਜਾ ਕੇ ਜਿਹੜਾ ਆਪਣੇ ਉੱਪਰ ਪਵੇਗਾ ਸੋ ਸਮਾਜਿਕ ਅਧਿਐਨ ਦੀ ਸਹਾਤ ਨਾਲ ਜਿਹੜਾ ਵਿਦਿਆਰਥੀ ਉਹ ਵਰਤਮਾਨ ਹਾਲਾਤ ਅਤੇ ਉਸ ਦੇ ਕਾਰਨ ਜਿਹੜਾ ਸਮਝਣ ਦੇ ਜਿਹੜਾ ਯੋਗ ਹੋ ਜਾਣਗੇ ਅਤੇ ਵਿਸ਼ਵ ਦੇ ਪੂ ਇੱਕ ਦੀਪੂ ਇੱਕਵਾਨੀ ਕਰਨ ਦੇ ਵੀ ਜਿਹੜੇ ਸਮਰਥ ਹੋ ਜਾਣਗੇ ਸੋ ਕਾਰਨ ਪ੍ਰਭਾਵ ਸਬੰਧ ਦਾ ਅਧਿਐਨ ਵੀ ਜਿਹੜਾ ਸਮਾਜਿਕ ਅਧਿਐਨ ਦੇ ਵਿੱਚ ਜਿਹੜਾ ਕੀਤਾ ਜਾਂਦਾ ਹੈ ਨੈਕਸਟ ਹੈ ਜੀ ਤਤਕਾਲੀ ਵਿਸ਼ਿਆਂ ਦਾ ਅਧਿਐਨ ਸਟੱਡੀ ਆਫ ਕਰੰਟ ਅਫੀਅਰਸ ਸੋ ਤਤਕਾਲੀ ਜੋ ਵਿਸ਼ੇ ਹੁੰਦੇ ਨੇ ਉਹਨਾਂ ਦਾ ਵੀ ਜਿਹੜਾ ਅਧਿਐਨ ਇਹ ਸਮਾਜਿਕ ਅਧਿਐਨ ਦੇ ਖੇਤਰ ਦੇ ਵਿੱਚ ਆਉਂਦਾ ਜੀ ਤਤਕਾਲੀ ਵਿਸ਼ੇ ਉਹ ਘਟਨਾਵਾਂ ਹਨ ਜੋ ਸਾਡੀਆਂ ਵਰਤਮਾਨ ਸਮੱਸਿਆਵਾਂ ਅਤੇ ਮੁੱਦਿਆਂ ਨਾਲ ਸੰਬੰਧਿਤ ਹਨ ਹਰੇਕ ਤਤਕਾਲੀ ਵਿਸ਼ੇ ਦਾ ਪਿਸ਼ੋਕੜ ਅਤੀਤ ਹੁੰਦਾ ਹੈ ਇਸ ਲਈ ਇਸ ਦੇ ਦੁਆਰਾ ਇਤਿਹਾਸਿਕ ਅਤੇ ਭੂਗੋਲਿਕ ਦੋਵੇਂ ਪ੍ਰਕਾਰ ਦੇ ਸਿੱਖਣ ਦਾ ਇੱਕ ਵੱਡਾ ਸਰੋਤ ਪ੍ਰਦਾਨ ਕੀਤਾ ਜਾਂਦਾ ਹੈ ਤਤਕਾਲੀ ਵਿਸ਼ੇ ਸਮਾਜਿਕ ਅਧਿਐਨ ਦੇ ਜ਼ਰੂਰੀ ਤੱਤ ਹੁੰਦੇ ਹਨ ਇਹਨਾਂ ਤੋਂ ਸਾਡਾ ਇਤਿਹਾਸਿਕ ਅਤੇ ਸਮਾਜਿਕ ਸਿੱਖਣਾ ਥੋੜਾ ਸਦੇ ਸਪਸ਼ਟ ਬਣਦਾ ਹੈ ਇਹ ਤਤਕਾਲੀ ਵਿਸ਼ੇ ਸਾਨੂੰ ਸਮੁਦਾਇ ਦੀ ਸਮਾਜਿਕ ਸਚਨਾ ਦੇ ਉਸ ਦੇ ਨਿਰਮਾਣ ਵਿੱਚ ਸਮਾਜਿਕ ਸ਼ਕਤੀਆਂ ਦੇ ਪ੍ਰਭਾਵਾਂ ਦੇ ਬਾਰੇ ਸੋਚਣ ਲਈ ਮਜਬੂਰ ਕਰਦੇ ਹਨ ਇਹ ਪੂਰਨ ਸਿੱਖਣ ਦੀ ਸਾਡੇ ਵਰਤਮਾਨ ਅਤੇ ਅਤੀਤ ਨੂੰ ਸਮਝਣ ਦੇ ਵਿੱਚ ਸਹਾਇਕ ਹੁੰਦੇ ਹਨ ਸੋ ਤਤਕਾਲੀ ਜੋ ਵਿਸ਼ੇ ਹੁੰਦੇ ਨੇ ਕਰੰਟ ਅਫੇਅਰਸ ਹੁੰਦੇ ਨੇ ਉਹਨਾਂ ਦਾ ਵੀ ਜਿਹੜਾ ਹੈ ਮਨ ਲਗੀ ਉਹ ਵੀ ਜਿਹੜਾ ਸਮਾਜਿਕ ਧਿਆਨ ਦੇ ਜਿਹੜਾ ਖੇਤਰ ਦੇ ਵਿੱਚ ਸ਼ਾਮਿਲ ਹੈ ਜੀ ਨੈਕਸਟ ਹੈ ਜੀ ਅੰਤਰਰਾਸ਼ਟਰੀ ਵਿਸ਼ੇ ਸੋ ਇੰਟਰਨੈਸ਼ਨਲ ਅਫੇਅਰਸ ਇੰਟਰਨੈਸ਼ਨਲ ਅਨ ਲੈਵਲ ਤੇ ਕੀ ਕੋ ਜਿਹੜਾ ਹੈ ਹੋ ਰਿਹਾ ਹੈ ਸੋ ਉਸ ਸਬ ਦਾ ਜਿਹੜਾ ਅਧਿਐਨ ਹੈ ਸੋਸ਼ਲ ਸਟੱਡੀਜ਼ ਦੇ ਵਿੱਚ ਜਿਹੜਾ ਕੀਤਾ ਜਾਂਦਾ ਹੈ ਸਮਾਜਿਕ ਧਿਆਨ ਦੀ ਸਮਗਰੀ ਵਿੱਚ ਮਾਨਵ ਜਾਤੀ ਦੇ ਭਾਈਚਾਰੇ ਨੂੰ ਪ੍ਰोत्사ਹਿਤ ਕਰਨ ਲਈ ਅੰਤਰਰਾਸ਼ਟਰੀ ਵਿਸ਼ਿਆਂ ਦਾ ਅਧਿਐਨ ਜਿਹੜਾ ਸ਼ਾਮਲ ਹੈ ਕੋਰਸਾਂ ਦਾ ਅਨਿਖੜੰਗ ਹੋਣ ਦੇ ਕਾਰਨ ਸਮਾਜਿਕ ਧਿਆਨ ਵਿੱਚ ਵਿਦਿਆਰਥੀ ਨੂੰ ਨਾ ਕੇਵਲ ਰਾਸ਼ਟਰੀ ਦੇਸ਼ ਭਗਤੀ ਦੀ ਭਾਵਨਾ ਪ੍ਰਦਾਨ ਕਰਨ ਦਾ ਸਗੋਂ ਵਿਸ਼ਵ ਇਕਤਾ ਅਤੇ ਅੰਤਰਰਾਸ਼ਟਰੀ ਸੂਝ-ਬੂਝ ਦੀ ਇੱਕ ਤੀਖਣ ਅਤੇ ਸੰਜੀਵ ਸਮਝ ਜਿਹੜਾ ਪ੍ਰਦਾਨ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ। ਰਾਸ਼ਟਰਾਂ ਵਿੱਚ ਕਾਸਤ ਸੁਤੰਤਰ ਅਤੇ ਆਪਸੀ ਸਬੰਧਾਂ ਦੀ ਜਾਣਕਾਰੀ ਨਾਲ ਅੰਤਰਰਾਸ਼ਟਰੀ ਸੂਝ-ਬੂਝ ਜਿਹੜੀ ਵਿਕਸਤ ਹੋ ਸਕਦੀ ਹੈ। ਸੋ ਅੰਤਰਰਾਸ਼ਟਰੀ ਵਿਸ਼ਿਆਂ ਦਾ ਅਧਿਐਨ ਵੀ ਜਿਹੜਾ ਇਹਦਾ ਖੇਤਰ ਹੈ ਸੋਸ਼ਲ ਸਟਡੀ ਦਾ ਤੇ ਵਿਦਿਆਰਥੀ ਨੂੰ ਇਹਦੇ ਸਭ ਦੇ ਬਾਰੇ ਦੇ ਵਿੱਚ ਜਿਹੜੀ ਜਾਣਕਾਰੀ ਹੈ ਉਹ ਮਿਲਦੀ ਹੈ। ਨੈਕਸਟ ਹੈ ਜੀ ਵਪੀਨ ਸੰਸਾਧਨਾਂ ਦਾ ਵਹਾਰਿਕ ਅਧਿਐਨ ਇਹਦੇ ਵਿੱਚ ਜਿਹੜਾ ਉਹ ਕੀਤਾ ਜਾਂਦਾ ਹੈ। ਸੋ ਵਪੀਨ ਸੰਸਾਰ ਨਾਲ ਦਾ ਵਿਵਹਾਰਿਕ ਅਧਿਐਨ ਦੇ ਵਿੱਚ ਆ ਗਿਆ ਜਿਵੇਂ ਕਿ ਆਪਾਂ ਕਹਿ ਸਕਦੇ ਆ ਅੰਤਰਸਾਂस्कृतिक ਸੰਬੰਧ ਸਮਾਜਿਕ ਵਿਵਹਾਰ ਨਾਗਰਿਕ ਅਧਿਕਾਰ ਚਰਿੱਤਰ ਸਿੱਖਿਆ ਨਿਯੋਜਨ ਸਮਾਜਿਕ ਸੰਸਥਾਵਾਂ ਦੀ ਕਾਰਜ ਪ੍ਰਣਾਲੀ ਠੀਕ ਹੈ ਜਗ ਗੋਲਗਾ ਲੋ ਪਿੰਡ ਪੰਚਾਇਤ ਠੀਕ ਹੈ ਵਿਧਾਨ ਮੰਡਲ ਸੰਸਦ ਠੀਕ ਹੈ ਇਹ ਸਭ ਜਿਹੜੇ ਐਸ ਸੁਇਨਾ ਸ਼ਬਦ ਦੇ ਬਾਰੇ ਦੇ ਵਿੱਚ ਵੀ ਜਿਹੜਾ ਅਧਿਐਨ ਹੈ ਉਹ ਕੀਤਾ ਜਾਂਦਾ ਹੈ। ਸੋ ਇਹ ਸ਼ਬਦਾਂ ਵੀ ਜਿਹੜੀਆਂ ਵਾਪੀਨ ਸੰਸਾਰ ਨਾਲ ਦਾ ਜਿਹੜਾ ਵਹਾਾਰਿਕ ਅਧਿਐਨ ਵੀ ਜਿਹੜਾ ਇਹਦੇ ਵਿੱਚ ਕੀਤਾ ਜਾਂਦਾ ਪ੍ਰੈਕਟੀਕਲ ਸਟੱਡੀਜ਼ ਆਫ ਡਿਫਰੈਂਟ ਰਿਸੋਰਸ ਪ੍ਰੈਕਟੀਕਲ ਜਿਹੜੀ ਸਟਡੀ ਆ ਉਹ ਵੀ ਜਿਹੜੀ ਬੱਚਿਆਂ ਨੂੰ ਜਿਹੜੀ ਸਮਾਜਿਕ ਅਧਿਐਨ ਦੇ ਵਿੱਚ ਜਿਹੜੀ ਕਰਵਾਈ ਜਾਂਦੀ ਹੈ। ਜਿਵੇਂ ਕਿ ਵੱਖ-ਵੱਖ ਸ਼ੈਰਾਂ ਤੇ ਆਰਥਿਕ ਇਤਿਹਾਸਿਕ ਭੂਗੋਲਿਕ ਸੱਭਿਆਚਾਰਕ ਵਿਗਿਆਨਿਕ ਅਤੇ ਸਿੱਖਿਆ ਸਬੰਧੀ ਮਤਵ ਦੀਆਂ ਥਾਵਾਂ ਦੀ ਜਿਹੜੀ ਸੈਰਗਾਹ ਜਾਂ ਉੱਥੇ ਜਿਹੜਾ ਘੁੰਮਣਾ ਫਿਰਨਾ ਪੁਸਤਕਾਲਾ ਤੇ ਸਮੁਦਾਇ ਸੰਸਾਧਨਾਂ ਦਾ ਜਿਹੜਾ ਉਪਯੋਗ ਕਲਾ ਤੇ ਸਮਾਜ ਸੇਵਾ ਦੇ ਦੇ ਕਿਰਿਆਕਲਾਪ ਵਾਦ-ਵਦ ਭਾਸ਼ਣ ਨਾਟਕਿਕਾਨਾ ਸੋ ਵਪੀਨ ਸਾਧਨਾਂ ਦਾ ਜਿਹੜਾ ਵਿਵਹਾਰਕ ਅਧਿਐਨ ਵੀ ਜਿਹੜਾ ਇੱਥੇ ਕੀਤਾ ਜਾਂਦਾ ਜੀ ਸੋਸ਼ਲ ਸਟੱਡੀਜ਼ ਦੇ ਵਿੱਚ ਇਹ ਵੀ ਜਿਹੜਾ ਇਹਦੇ ਖੇਤਰ ਦੇ ਵਿੱਚ ਸ਼ਾਮਲ ਹੈ ਜੀ ਨੈਕਸਟ ਇੱਥੇ ਜਿਹੜਾ ਇੱਕ ਬਣਾਇਆ ਹੋਇਆ ਜੀ ਸਮਾਜਿਕ ਧਿਆਨ ਦੇ ਖੇਤਰ ਦੇ ਵਿੱਚ ਕੀ ਕੋ ਸ਼ਾਮਲ ਹੈ ਜਿੰਨੂੰ ਆਪਾਂ ਬੋਲ ਸਕਦੇ ਹਾਂ ਜੀ ਫਲੋ ਚਾਰਟ ਠੀਕ ਹੈ ਆ ਜਾਂ ਡਾਇਗਰਾਮ ਬਹੁਤ ਸਾਰੇ ਸਟੂਡੈਂਟਸ ਕਹਿ ਦਿੰਦੇ ਆ ਕਿ ਮੈਮ ਜਰੂਰ ਬਣਾ ਲਿਆ ਕਰੋ ਨੋਟਸ ਦੇ ਵਿੱਚ ਡਾਇਗਰਾਮ ਜਾਂ ਫਲੋ ਚਾਰਟ ਸੋ ਇੱਕ ਜਿਹੜੇ ਆ ਤੁਹਾਡੇ ਸਾਹਮਣੇ ਆ ਜੋ ਇੱਕ ਡਾਇਗਰਾਮ ਜਿਉ ਲਗਾ ਲਓ ਜਾਂ ਫਲੋ ਚਾਰਟ ਲਗਾ ਲਓ ਬਣਿਆ ਹੋਇਆ ਤੇ ਇਹਦੇ ਬਾਰੇ ਦੇ ਵਿੱਚ ਆਪਾਂ ਹੁਣ ਦੇਖਦੇ ਆਂ ਸੋ ਸਮਾਜਿਕ ਅਧਿਐਨ ਦਾ ਖੇਤਰ ਕੀ ਹੈ ਰਾਜ ਦੇ ਬਾਰੇ ਦੇ ਵਿੱਚ ਪੜਿਆ ਜਾਂਦਾ ਹੈ ਪਿੰਡ ਦੇ ਬਾਰੇ ਦੇ ਵਿੱਚ ਜ਼ਿਲ੍ਹਾ ਦੇਸ਼ ਵਿਸ਼ਵ ਸੋ ਮਤਲਬ ਕਿ ਸਮਾਜਿਕ ਧਿਆਨ ਦਾ ਖੇਤਰ ਕੀ ਹੈ ਤੇ ਉਹਨਾਂ ਦੇ ਬਾਰੇ ਦੇ ਵਿੱਚ ਹੀ ਪੜਿਆ ਜਾਊ ਪੜਾਇਆ ਜਾਊਗਾ ਬੱਚਿਆਂ ਨੂੰ ਠੀਕ ਹੈ ਜ ਸਮਾਜਿਕ ਧਿਆਨ ਦੇ ਵਿੱਚ ਕੀ ਕੀ ਕੋ ਸ਼ਾਮਲ ਹੈ ਸੋ ਵਿਸ਼ਵ ਸ਼ਾਮਲਾ ਜੀ ਦੇਸ਼ ਜ਼ਿਲ੍ਹਾ ਪਿੰਡ ਰਾਜ ਠੀਕ ਹੈ ਨੈਕਸਟ ਹੈਗਾ ਜੀ ਆਂਡਗਵਾਂਡ ਸ਼ਾਮਲ ਹੈ ਸਕੂਲ ਸ਼ਾਮਲ ਹੈ ਜੀ ਪ੍ਰਵਾਹ ਸ਼ਾਮਲ ਹੈ ਨਾਗਰੀ ਸ਼ਾਸਤਰ ਦੇ ਬਾਰੇ ਦੇ ਵਿੱਚ ਜਿਹੜੀ ਸਟੱਡੀ ਸ਼ਾਮਲ ਹੈ ਪੰਘੋਲ ਦਰਸ਼ਨ ਸ਼ਾਸਤਰ ਸਾਹਿਤ ਸਿੱਖਿਆ ਮਤਲਬ ਅਜਿਹਾ ਕੁਝ ਵੀ ਨਹੀਂ ਹੈਗਾ ਕਿ ਜੋ ਸ਼ਾਮਲ ਨਹੀਂਗਾ ਸੋ ਸਾਰਾ ਕੁਝ ਸਮਾਜਿਕ ਦਾ ਧਿਆਨ ਦਾ ਜਿਹੜਾ ਖੇਤਰ ਹੀ ਹੈ ਕਿ ਹਰ ਇੱਕ ਜਿਹੜੀ ਸਟੱਡੀ ਆ ਉਹ ਜਿਹੜੀ ਕੀਤੀ ਜਾਂਦੀ ਹੈ ਨੈਕਸਟ ਹੈ ਜੀ ਇਤਿਹਾਸ ਹੈ ਜੀ ਸਿੱਖਿਆ ਹੋਗੀ ਯਮਨੋਵਿਗਿਆਨ ਅਰਸ਼ਸ਼ਤਰ ਸਮਾਜਸ਼ਾਸਤਰ ਲਲਿਤ ਕਲਾ ਮਾਤਾ ਰਮ ਸੋ ਸਾਰਾ ਕੋ ਜਿਹੜਾ ਸਮਾਜਿਕ ਅਧਿਐਨ ਦਾ ਖੇਤਰ ਹੈ ਤੇ ਇਹਦੇ ਬਾਰੇ ਦੇ ਵਿੱਚ ਜਿਹੜੀ ਹੈ ਇਹਨਾਂ ਸ਼ਬਦਾਂ ਜਿਹੜਾ ਅਧਿਐਨ ਉਹ ਕੀਤਾ ਜਾਂਦਾ ਸੋ ਸੋ ਇਹ ਸਾਰਾ ਕੋ ਜਿਹੜਾ ਸਮਾਜਿਕ ਅਧਿਐਨ ਦਾ ਜਿਹੜਾ ਖੇਤਰ ਹੈਗਾ ਜੀ ਨੈਕਸਟ ਆ ਗਿਆ ਜੀ ਕਨਕਲੂਜਨ ਪੜਾਂਗੇ ਆਪਾਂ ਸੋ ਕਨਕਲੂਜਨ ਦੇ ਬਾਰੇ ਵਿੱਚ ਪੜਾਂਗੇ ਸਮਾਜਿਕ ਧਿਆਨ ਦਾ ਖੇਤਰ ਵਿਸ਼ਾਲ ਅਤੇ ਵਿਆਪਕ ਹੈ ਬਹੁਤ ਜ਼ਿਆਦਾ ਵਿਸ਼ਾਲ ਤੇ ਵਿਆਪਕ ਹੈ ਇਹ ਵਾਸਤੂ ਵਿੱਚ ਮਾਨਵ ਜੀਵਨ ਜਾਂ ਸਵੈ ਸੰਸਾਰ ਜਿੰਨਾ ਵਿਸ਼ਾਲ ਹੈ ਪੂਰੇ ਸੰਸਾਰ ਜਿੰਨਾ ਵਿਸ਼ਾਲ ਹੈ ਕਿਉਂਕਿ ਸਾਰਾ ਕੁਝ ਇਹਨਾਂ ਦੇ ਵਿੱਚ ਸ਼ਾਮਿਲ ਹੈ ਜੀ ਸਮਾਜਿਕ ਧਿਆਨ ਵਿੱਚ ਹਰ ਇੱਕ ਵਿਸ਼ਾ ਜਿਹੜਾ ਸ਼ਾਮਲਾ ਕੋਈ ਵੀ ਵਿਸ਼ਾ ਇਹਨਾਂ ਦੇ ਤੋਂ ਜਿਹੜਾ ਅਲੱਗ ਹੈ ਉਹ ਨਹੀਂ ਹੈਗਾ ਸਮਾਜਿਕ ਵਿਗਿਆਨਾਂ ਵਿੱਚ ਸਾਰੇ ਸਮਾਜਿਕ ਵਿਗਿਆਨਾਂ ਅਤੇ ਸਬੰਧਾਂ ਸੰਬੰਧਿਤ ਸਿਖਾਵਾਂ ਅਤੇ ਧਰਮ ਤੇ ਲਲਿਤ ਕਲਾਵਾਂ ਤੋਂ ਸਮਗਰੀ ਜਿਹੜੀ ਪ੍ਰਾਪਤ ਹੈ ਉਹ ਕੀਤੀ ਜਾਂਦੀ ਹੈ। ਸਮਾਜਿਕ ਵਿਗਿਆਨ ਦਾ ਵਿਸ਼ੇ ਤੋਂ ਕੋਈ ਵੀ ਖੇਤਰ ਅਲੱਗ ਨਹੀਂ ਹੈਗਾ। ਕੋਈ ਵੀ ਜਿਹੜਾ ਖੇਤਰ ਹੈ ਸਮਾਜਿਕ ਧਿਆਨ ਦੇ ਵਿਸ਼ੇ ਤੋਂ ਜਿਹੜਾ ਅਲੱਗ ਨਹੀਂ ਹੈਗਾ। ਸਾਰੇ ਖੇਤਰ ਹੈ ਜਿਹੜੇ ਸੋ ਸਾਰੇ ਖੇਤਰ ਸਮਾਜਿਕ ਧਿਆਨ ਵਿਸ਼ੇ ਦੇ ਵਿੱਚ ਸ਼ਾਮਲ ਸੋ ਹਰ ਪ੍ਰਕਾਰ ਦਾ ਜਿਹੜਾ ਵਿਸ਼ਾ ਜੀ ਉਹ ਇੰਦੇ ਵਿੱਚ ਜਿਹੜਾ ਸ਼ਾਮਿਲ ਹੈ ਹਰ ਪ੍ਰਕਾਰ ਦੀ ਜਿਹੜੀ ਸਥਿਤੀ ਇੰਦੇ ਵਿੱਚ ਸ਼ਾਮਿਲ ਹੈ ਹਰ ਪ੍ਰਕਾਰ ਦਾ ਜਿਹੜਾ ਖੇਤਰ ਹੈ ਉਹ ਇੰਦੇ ਵਿੱਚ ਸ਼ਾਮਿਲ ਹੈ ਤੇ ਸਮਾਜਿਕ ਅਧਿਐਨ ਹਰ ਇੱਕ ਦਿਨ ਨਾਲ ਸੰਬੰਧਿਤ ਹੈ ਜਿਵੇਂ ਸਮਾਜਿਕ ਧਿਆਨ ਦੇ ਵਿੱਚ ਲਾਲੋ ਇਤਿਹਾਸ ਵੀ ਆ ਜਾਂਦਾ ਅਰਸ਼ਸ਼ਤਰ ਵੀ ਪੰਗੋਲ ਵੀ ਨਾਗ ਦੀ ਸ਼ਤਰ ਵੀ ਸੋ ਹਾਰੇ ਕਿਹੜਾ ਚੀਜ਼ ਦੇ ਨਾਲ ਜਿਹੜਾ ਇਹ ਸੰਬੰਧਿਤ ਹੈ ਸੋ ਇਹ ਸੀਗਾ ਜੀ ਇੰਦਾ ਸਕੋਪ ਸਕੋਪ ਆਫ ਸੋਸ਼ਲ ਸਟੱਡੀਜ਼ ਦੇ ਬਾਰੇ ਵਿੱਚ ਆਪਾਂ ਪੜਿਆ ਸੀ ਨੈਕਸਟ ਆਪਾਂ ਨੇਚਰ ਦੇ ਬਾਰੇ ਇਹਦੇ ਵਿੱਚ ਪੜਾਂਗੇ ਤੇ ਹੌਲੀ ਹੌਲੀ ਕਰਕੇ ਆਪਾਂ سارے ਜਿਹੜੇ ਨੋਟਸ ਆ ਪੈਡਾਗੋਜੀ ਆਫ ਸੋਸ਼ਲ ਸਟੱਡੀਜ਼ ਦੇ ਜਿਹੜੇ ਆਪਾਂ ਕੰਪਲੀਟ ਆ ਉਹ ਆਪਾਂ ਕਰ ਲਵਾਂਗੇ ਮੈਨੂੰ ਉਮੀਦ ਹੈ ਕਿ ਤੁਹਾਡੇ ਲਈ ਜਰੂਰ ਇਹ ਵੀਡੀਓਜ਼ ਹੈਲਪਫੁਲ ਰਹਿੰਦੀਆਂ ਨੇ ਤੇ ਜੇਕਰ ਤੁਹਾਡੇ ਲਈ ਸੱਚਮੁੱਚ ਹੈਲਪਫੁਲ ਰਹਿੰਦੀਆਂ ਨੇ ਤਾਂ ਜਰੂਰ ਲਾਈਕ ਕਰਿਆ ਕਰੋ ਕਮੈਂਟ ਕਰਕੇ ਮੈਨੂੰ ਜਰੂਰ ਦੱਸ ਦਿਆ ਕਰੋ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਜੇਕਰ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਜੋ ਵੀਡੀਓਜ਼ ਆ ਉਹਨਾਂ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਜਿਹੜੇ ਪਹੁੰਚ ਸਕਣ ਤੇ ਤੁਹਾਡੀ ਹੈਲਪ ਹੋ ਸਕੇ ਤੇ ਬਾਕੀ ਫਰੈਂਡਸ ਨੂੰ ਵੀ ਜਰੂਰ ਭੇਜੋ ਨਾਲ ਤੱਕ ਵੀ ਜਿਹੜੇ ਨੋਟਸ ਤੇ ਜਿਹੜੀ ਵੀਡੀਓਜ਼ ਆ ਪਹੁੰਚ ਸਕੇਗੀ ਮੈਨੂੰ ਮੋਟੀਵੇਸ਼ਨ ਮਿਲਦਾ ਜੀ ਜਦੋਂ ਤੁਸੀਂ ਲਾਈਕ ਕਮੈਂਟ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਚੈਨਲ ਨੂੰ ਤਾਂ ਮੈਂ ਹੋਰ ਵੀ ਜਿਹੜੀਆਂ ਵੀਡੀਓਜ਼ ਆ ਤੁਹਾਡੇ ਲਈ ਜਿਹੜੀਆਂ ਬਣਾ ਪਾਉਣੀ ਆ ਸੋ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕਸ ਫॉर ਵਾਚਿੰਗ